सुर में गाना सीखिए पाधानिसा ऐप के साथ एआई पावर्ड पर्सनल म्यूजिक टीचर फ्रॉम सारेगामा। बोले सो निहाल सब सियाकाल वसाखी तो एक दिन पहला केसगढ़ अनंतपुर साहिब के दमन सजिया गुरु महाराज जी चेते आए सारा पंडाल खुशी दे विच जकारियां विच गूंज उठिया। महाराज दे हाथ दे विच श्री साहिब चमक रही है महाराज जी गन्नी सुर विच क्यों बोले ਦਾ ਪਿਆਰ ਜੀ ਮੰਗਿਆ ਸੀਸ ਕੱਢ ਤਲਵਾਰ ਜੀ ਉਹ ਵੇਖਣਾ ਹੈ ਗੁਰੂ ਸਿੱਖ ਦਾ ਪਿਆਰ ਜੀ ਮੰਗਿਆ ਸੀਸ ਕੱਢ ਤਲਵਾਰ ਜੀ ਉਹ ਵੇਖਣਾ ਹੈ ਗੁਰੂ ਸਿੱਖ ਦਾ ਪਿਆਰ ਜੀ ਗੋਵਿੰਦ ਰਾਏ ਆ ਗਿਆ ਸਾਰੇ ਹੀ ਪੰਡਾਲ ਵਿੱਚ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਖਾ ਸਿੰਘਾਂ ਦਾ ਕਲਗੀਆਂ ਵਾਲਾ। ਆਈ ਹੱਸਦੀ ਝੂਮਦੀ ਵਿਸਾਖੀ, ਰੰਗ ਖੁਸ਼ੀਆਂ ਚਾਵਾਂ ਨੇ ਖਿਲਾਰੇ। ਇਹ ਤਾਂ ਖਾਲਸੇ ਦਾ ਜਨਮ ਦਿਹਾੜਾ, ਜਿਹਨੇ ਰੂਪ ਵਿਸਾਖੀ ਵਾਲੇ ਧਾਰੇ। ਕੇਸਗੜ੍ਹ ਵਿੱਚ ਗੁਰੂ ਗੋਬਿੰਦ ਸਾਹਿਬ ਨੇ, ਨਾਲ ਤੇਗਦੇ ਸੀ ਸਾਜੇ ਪੰਜ ਪਿਆਰੇ। ਕੰਘਾ ਕੇਸਗੜ੍ਹਾ ਕਿਰਪਾਨ ਕਸ਼ਹਿਰਾ ਦੇ ਕੇ, ਪੰਜਾਂ ਕੱਕਿਆਂ ਦੇ ਨਾਲ ਸੀ ਸ਼ਿੰਗਾਰੇ। ਤਰੋਚਨ ਦਲਗੇ ਵਾਲਾ ਜਾਂਦਾ ਹੈ ਬੁਲਿਹਾਰੇ। ਅੱਗੋਂ ਸਿੱਖ ਨਿਰਤਾ ਨਾ ਸੀ ਕੀ
ਗੁਜ਼ਾਰੀ ਸੋਚਾਂ ਵਿੱਚ ਸਮਾ ਗੁਆਇਆ
ਗਲਤੀ ਹੋਈ ਪਾਰੀ ਪਾਈ ਦਇਆ ਰਾਮ ਉਠ ਅਰਜ ਗੁਜ਼ਾਰੀ ਜਾਣੀ ਜਾਣ ਦਾਤਾ ਤੂੰ ਏ ਬਖਸ਼ਣਹਾਰਾ ਮਾਫ ਕਰੀ ਪ੍ਰੀਤਮ ਮੈਨੂੰ ਤੇਰਾ ਹੀ ਸਹਾਰਾ ਤੂੰ ਏ ਜਾਣੀ ਜਾਣ ਦਾਤਾ ਤੂੰ ਏ ਬਖਸ਼ਣਹਾਰਾ ਮਾਫ ਕਰੀ ਪ੍ਰੀਤਮ ਮੈਨੂੰ ਤੇਰਾ ਹੀ ਸਹਾਰਾ ਲੈ ਲੋ ਮੇਰਾ ਸੀਸ ਕਰ ਲਈ ਹੁਣ ਤਿਆਰੀ ਪਾਈ ਦਇਆ ਰਾਮ ਉਠ ਅਰਜ ਗੁਜ਼ਾਰੀ ਸੋਚਾਂ ਵਿੱਚ ਸਮਾਂ ਗੁਆਇਆ ਗਲਤੀ ਹੋਈ ਪਾਰੀ ਪਾਈ ਦਇਆ ਰਾਮ ਉਠ ਅਰਜ ਗੁਜ਼ਾਰੀ ਸਾਰੀ ਸੰਗਤ ਹੈਰਾਨ ਹੈ ਪਾਈ ਦਇਆ ਰਾਮ ਲਾਹੌਰ ਦਾ ਰਹਿਣ ਵਾਲਾ ਹੈ ਉਮਰ 30 ਸਾਲ ਹੈ ਗਲ ਦੇ ਵਿੱਚ ਪੱਲਾ ਪਾਇਆ ਹੋਇਆ ਹੈ ਗੁਰੂ ਮਹਾਰਾਜ ਜੀ ਨੂੰ ਕੀ ਕਹਿੰਦਾ ਆ ਮੇਰਾ ਸੀਸ ਦਾਤਾ ਹਾਜ਼ਰ ਹੈ ਛੇਤੀ ਕਰੋ ਦੋਵੇਂ ਹੱਥ ਜੋੜ ਨੀਵੀ ਦਇਆ ਰਾਮ ਪਾਈਏ ਦੂਰੋਂ ਦੂਰੋਂ ਸੰਗਤ ਅੱਜ ਪੰਡਾਲ ਵਿੱਚ ਆਈ ਏ ਦਾਤਾ ਬਖਸ਼ ਲਵੋ ਬੁੱਲਣਹਾਰ ਹਾਂ ਕਈ ਸਿੱਖ ਬੈਠੇ ਗੱਲਾਂ ਦਿਲ ਚ ਵਿਚਾਰਦੇ ਛੇਤੀ ਉੱਠੇ ਪਿਆਰਾ ਕੋਈ ਸਟੇਜ ਤੋਂ ਉਚਾਰਦੇ ਬਾਜਾਂ ਵਾਲੇ ਗੁਰਾਂ ਦੀ ਮਹਿਮਾ ਏ ਨਿਆਰੀ ਪਾਈ ਦਇਆ ਰਾਮ ਉਠ ਅਰਜ ਗੁਜ਼ਾਰੀ ਸੋਚਾਂ ਵਿੱਚ ਸਮਾਂ ਗੁਆਇਆ ਗਲਤੀ ਹੋਈ ਪਾਰੀ ਪਾਈ ਦਇਆ ਰਾਮ ਉਠ ਅਰਜ ਗੁਜ਼ਾਰੀ ਸੰਗਤਾਂ ਦੇ ਵਿੱਚੋਂ ਕੁਝ ਸੱਜਣ ਉੱਠ ਕੇ ਖਿਸਕਣੇ ਸ਼ੁਰੂ ਹੋ ਗਏ ਕੁਝ ਸਿਦਕੀ ਸਿੱਖ ਬੈਠੇ ਸਨ ਸੋਚਦੇ ਸਨ ਵੱਖੋ ਵੱਖਰੀਆਂ ਸੋਚਾਂ ਚੱਲ ਰਹੀਆਂ ਸਨ ਪਰ ਤਾਂ ਸੀ ਮੇਰਾ ਕਲਗੀਆਂ ਵਾਲਾ ਵੇਖ ਕੌਤਕ ਅੱਜ ਸਭ ਹੋ ਗਏ ਹੈਰਾਨ ਜੀ ਸਿੱਖੀ ਵਾਲਾ ਹੋਇਆ ਇੰਜ ਇਮਤਿਹਾਨ ਜੀ
ਦੇਖੇ ਕੌਤਕ ਅੱਜ ਸਭ ਹੋ ਗਏ ਹੈਰਾਨ ਜੀ ਸਿੱਖੀ ਵਾਲਾ ਹੋਇਆ ਇੰਜ ਇਮਤਿਹਾਨ ਜੀ ਤਰਲੋਚਨ ਬਿਲਗੇ ਵਾਲਾ ਜਾਵੇ ਗੁਰਾਂ ਦੇ ਬਲਿਹਾਰੀ ਤਰਲੋਚਨ ਬਿਲਗੇ ਵਾਲਾ ਜਾਵੇ ਗੁਰਾਂ ਦੇ ਬਲਿਹਾਰੀ ਸੋਚਾਂ ਵਿੱਚ ਸਮਾਂ ਗੁਆਇਆ ਗਲਤੀ ਹੋਈ ਪਾਰੀ ਪਾਈ ਦਇਆ ਰਾਮ ਉੱਠ ਅਰਜ਼ ਗੁਜ਼ਾਰੀ ਰਾਖਾ ਸਿੰਘਾਂ ਦਾ ਕਲਗੀਆਂ ਵਾਲਾ
ਆਗਿਆ ਮੇਰੇ ਦਾਤਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਰਸਾ ਨਦੀ ਦੇ ਕੰਢੇ ਤੇ ਬੜਾ ਘੋਰ ਯੁੱਧ ਹੋਇਆ। ਭਾਈ ਉਦੇ ਸਿੰਘ ਨੇ, ਸਹਿਬਜ਼ਾਦਾ ਅਜੀਤ ਸਿੰਘ ਨੇ ਐਸੀ ਤੇਗ ਚਲਾਈ, ਦੁਸ਼ਮਣਾਂ ਨੂੰ ਭਾਜਣਾ ਪੈ ਗਈਆਂ। ਸਰਸਾ ਬੜੀ ਠਾਠਾ ਮਾਰਦੀ ਸੀ, ਇਸ ਨੂੰ ਪਾਰ ਕਰਨਾ ਬੜਾ ਔਖਾ ਸੀ। ਸਰਸਾ ਦੇ ਕਿਨਾਰੇ ਤੇ ਗੁਰੂ ਮਹਾਰਾਜ ਦੇ ਸਿੱਖ ਸੰਗਤਾਂ ਤੇ ਗੁਰੂ ਮਹਾਰਾਜ ਦਾ ਪਰਿਵਾਰ ਵਿਛੜ ਗਿਆ। ਪੈ ਗਿਆ ਵਿਛੋੜਾ ਸਰਸਾ, ਪੈ ਗਿਆ ਵਿਛੋੜਾ ਸਰਸਾ, ਸਾਰੀਆਂ ਕਿਤਾਰਾਂ ਦਾ। ਪੈ ਗਿਆ ਵਿਛੋੜਾ ਸਰਸਾ, ਸਾਰੀਆਂ ਕਿਤਾਰਾਂ ਦਾ। ਗੁਰੂ ਸਾਹਿਬਜ਼ਾਦੇ ਮਾਈਆਂ ਸਿੰਘਾਂ ਸਰਦਾਰਾਂ ਦਾ। ਪੈ ਗਿਆ ਵਿਛੋੜਾ।
ਲੈਣ ਵਾਲੇ ਪ੍ਰੀਤਮ ਅੱਜ ਸੀਸ ਦੇ ਉੱਤੇ ਕਲਗੀ ਨਹੀਂ ਦਿੱਤੀ ਜਾਮਾ ਲਈ ਰੋਲੀ ਹੋਇਆ ਹੈ ਮਾਛੀਵਾੜੇ ਦੇ ਜੰਗਲਾਂ ਦਾ ਇਤਿਹਾਸ ਇੰਜ ਵਰਣਨ ਕੀਤਾ ਹੈ ਮਾਛੀਵਾੜੇ ਜੰਗਲਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਪੀਰ ਨੀ ਸ਼ਾਹੀ ਤਾਂ ਜਾਮ ਵਾਲਾ ਪ੍ਰੀਤਮ ਜਾਮਾ ਲਈ ਰੋਲੀਰਨੀ ਮਾਛੀਵਾੜੇ ਜੰਗਲਾਂ ਦੇ ਵਿੱਚ ਮਾਛੀਵਾੜੇ ਜੰਗਲਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਪੀਰ ਨੀ ਸ਼ਾਹੀ ਤਾਂ ਜਾਮ ਵਾਲਾ ਪ੍ਰੀਤਮ ਜਾਮਾ ਲੀ ਰੋਲੀਰਨੀ ਮਾਛੀਵਾੜੇ ਜੰਗਲਾਂ ਦੇ ਵਿੱਚ ਦੇ ਵਿੱਚ
ਨਾ ਕੋਈ ਸੱਚ ਦੀ ਏ ਤਸਵੀਰ ਨੀ ਸ਼ਾਹੀ ਦਾ ਜਾਂ ਵਾਲਾ ਪ੍ਰੀਤਮ ਜਾਮਾ ਲੀਰੋ ਲੀਰ ਮਾਛੀ ਬਾੜੇ ਜੰਗਲਾਂ ਦੇ ਵਿੱਚ ਸਰਹੰਦ ਜ਼ੁਲਮ ਘੁਮਾਇਆ ਏ
ਬੱਚਿਆਂ ਤੇ ਕਹਿਰ ਕਮਾਈ, ਨਾ ਤੂੰ ਬੱਚਿਆਂ ਤੇ ਕਹਿਰ ਕਮਾਵੀ, ਨਾ ਤੂੰ ਬੱਚਿਆਂ ਤੇ ਕਹਿਰ ਕਮਾਵੀ। ਸੂਬਾ ਭੁੱਲਿਆ ਖੁਦਾ ਦੀ ਖੁਦਾਈ, ਮੌਤ ਦਾ ਫਤਵਾ ਲਾਇਆ ਹੈ, ਸੂਬੇ ਸਰਹੰਦ ਜ਼ੁਲਮ ਕਮਾਇਆ ਹੈ, ਸੂਬੇ ਸਰਹੰਦ ਜ਼ੁਲਮ ਕਮਾਇਆ ਹੈ। ਸਦਾ ਨਿਸ਼ਾਨੀ ਰਹੂ ਦੁਨੀਆਂ ਤੇ, ਸਦਾ ਨਿਸ਼ਾਨੀ ਰਹੂ ਦੁਨੀਆਂ ਤੇ, ਸਦਾ ਨਿਸ਼ਾਨੀ। ਤਰਲੋਚ ਸਿੰਘ ਬਿਲਗੀਏ ਸੁਣਾਇਆ ਏ, ਸੂਬੇ ਸਰਹੰਦ ਜ਼ੁਲਮ ਕਮਾਇਆ ਏ, ਸੂਬੇ ਸਰਹੰਦ ਜ਼ੁਲਮ ਕਮਾਇਆ ਏ। ਇਹ ਤਾਂ ਦਸ ਨੇ ਗੁਰੂ ਦੇ ਬੇਟੇ, ਰਹਿੰਦੇ ਰੇਸ਼ਮ ਵਿੱਚ ਲਪੇਟੇ, ਬੋਲੇ